ਇਹ ਜਿਹੜੀ ਅਰਦਾਸ ਹੈ ਨਾ, ਸਾਡਾ ਇਤਿਹਾਸ ਹੈ ਸਾਰਾ। ਵਿੱਚੋਂ ਦੋ ਚੀਜ਼ਾਂ, ਤਿੰਨ ਚੀਜ਼ਾਂ ਗਾਇਬ ਨੇ, ਨਾਮ ਨੀ, ਜਗ੍ਹਾ ਨੀ। ਨਾਮ ਦਾ ਜ਼ਿਕਰ ਨਹੀਂ ਹੈ, ਜਗ੍ਹਾ ਦਾ ਜ਼ਿਕਰ ਨਹੀਂ। ਤਿੰਨ ਚੀਜ਼ਾਂ ਵਿੱਚੋਂ ਗਾਇਬ ਹਨ। ਸਮੇਂ ਦਾ ਜ਼ਿਕਰ ਨਹੀਂ ਵੀ ਕਿਹੜੇ ਸਮੇਂ ਹੋਇਆ। ਦਸਾਂ ਪਾਤਸ਼ਾਹੀਆਂ ਦੇ ਨਾਮ ਆਉਂਦੇ, ਪੰਜਾਂ ਪਿਆਰਿਆਂ, ਚਾਰਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ ਜਪੀਆਂ, ਨਾਮ ਜਪਣ ਵਾਲਿਆਂ, ਗੁਰੂ ਕੇ ਲੰਗਰ ਦੇਗਾਂ ਚਲਾਉਣ ਵਾਲੇ, ਤੇਗਾਂ ਵਾਹੁਣ ਵਾਲੇ, ਨਾਮ ਜਪਣ ਵਾਲੇ। ਕਿਤੇ ਅਰਦਾਸ ਨੂੰ ਧਿਆਨ ਨਾਲ ਸੁਣ ਲਈਏ ਨਾ, ਸਾਰਾ ਇਤਿਹਾਸ ਹੈ ਆਪਣਾ। ਪੰਜੇ ਤਖ਼ਤ ਸਮੂਹ ਗੁਰਦੁਆਰਿਆਂ ਦਾ ਜ਼ਿਕਰ ਆਉਂਦਾ, ਖਾਲਸੇ ਦੀ ਚੜ੍ਹਦੀ ਕਲਾ ਵਾਸਤੇ। ਫਿਰ ਜ਼ਿਕਰ ਆਉਂਦਾ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ, ਨਾਮ ਚੇਤਾਵੇ ਕੀ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਹਾ ਏ। ਦੇਵ ਤੇਗ ਫਤਿਹ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲ ਬਾਲੇ। ਫਿਰ ਵਾਰੀ ਆਉਂਦੀ ਹੈ ਮੰਗਣ ਦੀ, ਫਿਰ ਵਾਰੀ ਆਉਂਦੀ ਹੈ ਮੰਗਣ ਦੀ। ਕੀ ਮੰਗਦੇ ਹਾਂ? ਸਿੱਖਾਂ ਨੂੰ ਸਿੱਖੀ ਦਾਨ। ਸਾਡਾ ਤਾਂ ਧਿਆਨ ਹੁੰਦਾ ਵੀ ਅਰਦਾਸੀਆ ਸਿੰਘ ਛੇਤੀ ਆਖੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਮੱਥਾ ਟੇਕੀ ਤੇ ਬੈਠੀ। ਧਿਆਨ ਦੇ ਨਾਲ ਅਰਦਾਸ ਸੁਣ ਲਈਏ, ਸਾਡਾ ਸਾਰਾ ਇਤਿਹਾਸ ਲੁਕਿਆ ਹੋਇਆ। ਪ੍ਰਿਥਮ ਭਗਵਤੀ ਸਿਮਰ ਕੈ, ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਦਸਮ ਗ੍ਰੰਥ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਰਚੀ। ਪ੍ਰਿਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਵੇਖੋ ਗੁਰੂ ਸ਼ਬਦ ਇੱਕੋ ਵਾਰੀ ਦੋ ਵਾਰੀ ਆਇਆ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਈ। ਦੱਸਣ ਵਾਸਤੇ ਅਰਦਾਸ ਵਿੱਚ ਗੁਰੂ ਸ਼ਬਦ ਦੋ ਵਾਰੀ ਆਇਆ। ਪਹਿਲਾਂ ਧੰਨ ਗੁਰੂ ਨਾਨਕ ਮਹਾਰਾਜ ਦੇ ਨਾਂ ਅੱਗੇ ਲਾ ਦਿੱਤਾ, ਪ੍ਰਿਥਮ ਭਗਵਤੀ ਸਿਮਰ ਕੈ। ਭਗਵਤੀ ਸ੍ਰੀ ਸਾਹਿਬ ਨੂੰ ਵੀ ਕਹਿੰਦੇ। ਹੁਣ ਕਈ ਸਾਡੇ ਵਿਦਵਾਨ ਕਹਿਣਗੇ ਦੁਰਗਾ ਦੀ ਗੱਲ ਕੀਤੀ, ਲਈ ਭਗਵਤੀ ਦੁਰਗ ਸ਼ਾਹ। ਚੰਡੀ ਦੀ ਵਾਰ ਵਿੱਚ ਇਹ ਵੀ ਪਾਠ ਆਉਂਦਾ, ਲਈ ਭਗਵਤੀ ਦੁਰਗ ਸ਼ਾਹ। ਵੀ ਹੁਣ ਜੇ ਭਗਵਤੀ ਦੁਰਗਾ ਦਾ ਨਾਂ ਹੈ ਤਾਂ ਹੁਣ ਦੁਰਗਾ ਦੁਰਗਾ ਨੂੰ ਕਿੱਥੋਂ ਚੁੱਕੂਗੀ? ਲਈ ਭਗਵਤੀ ਦੁਰਗ ਸ਼ਾਹ, ਇੱਥੇ ਭਗਵਤੀ ਸ੍ਰੀ ਸਾਹਿਬ ਨੂੰ ਆਖਿਆ। ਭਗਵਤੀ ਭਗਤੀ ਕਰਨ ਵਾਲੇ ਨੂੰ ਵੀ ਕਹਿੰਦੇ, ਭਗਵਤੀ ਪਰਮਾਤਮਾ ਨੂੰ ਵੀ ਆਖਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਸ਼ਬਦ ਆਇਆ, ਇੱਕ ਇੱਕ ਸ਼ਬਦ ਦੇ ਅਨੇਕਾਂ ਅਰਥ ਨਿਕਲ ਆਉਂਦੇ। ਇਹ ਤਾਂ ਆਪਣੇ ਫਿਰ ਮਨ ਮੁਤਾਬਕ ਹੈ ਨਾ, ਜਦੋਂ ਆਪਣੇ ਮਨ ਮੁਤਾਬਕ ਅਰਥ ਕਰਨਾ ਹੋਵੇ। ਇੱਕ ਸਕੂਲ ਵਿੱਚ ਜਿਹੜਾ ਟੀਚਰ ਹੁੰਦਾ, ਮਾਸਟਰ ਹੁੰਦਾ, ਜਿਹੜਾ ਉਹਨੂੰ ਸਬਜੈਕਟ ਦਿੱਤਾ ਜਾਂਦਾ ਨਾ, ਧਿਆਨ ਨਾਲ ਸੁਣਿਓ, ਜਿਹੜਾ ਉਹਨੂੰ ਸਬਜੈਕਟ ਦਿੱਤਾ ਜਾਂਦਾ ਉਹ ਤੂੰ ਬਾਹਰ ਨਹੀਂ ਬੋਲ ਸਕਦਾ। ਜੇ ਸਾਇੰਸ ਜਾਂ ਸਮਾਜਿਕ ਸਿੱਖਿਆ ਪੜ੍ਹਾਉਂਦਾ ਹੈ, ਆਪਣੇ ਕੋਲੋਂ ਨਹੀਂ ਕੁਝ ਵੀ ਦੱਸ ਸਕਦਾ ਜਿਹੜਾ ਕਿਤਾਬ ਚ ਗਾਈਡ ਵਿੱਚ ਲਿਖਿਆ ਹੈ। ਬੱਚਿਆਂ ਨੂੰ ਉਹੀ ਪੜ੍ਹਾਓ, ਉਹੀ ਪੜ੍ਹਾਓ ਬੱਚਿਆਂ। ਤੇ ਇੱਥੇ ਇੱਥੇ ਸਾਡੀਆਂ ਸਟੇਜਾਂ ਦੇ ਉੱਤੇ ਸਾਡੇ ਨਵੇਂ ਵਿਦਵਾਨ ਜਿਹੜਾ ਕੁਝ ਮੂੰਹ ਦੇ ਵਿੱਚ ਆਉਂਦਾ, ਜਿਹੜੇ ਅਰਥ ਚੰਗੇ ਲੱਗਦੇ ਹੈ, ਸੁਣਾ ਕੇ ਤੁਰ ਜਾਂਦੇ ਹੈ, ਕਿਉਂਕਿ ਡਰ ਪੈ ਹੀ ਨਹੀਂ ਕਿਸੇ ਦਾ। ਤੇ ਸਾਰੇ ਹੀ ਸੁਣਨ ਵਾਸਤੇ ਤਿਆਰ ਨੇ। ਕਿਸੇ ਨੂੰ ਕੁਛ ਚੰਗਾ ਲੱਗਦਾ ਹੈ, ਕਿਸੇ ਦੀ ਨਾਸਤਿਕ ਬਿਰਤੀ ਹੁੰਦੀ ਹੈ, ਕਿਸੇ ਦੀ ਭਾਈ ਤਰਕਸ਼ੀਲ ਬਿਰਤੀ ਹੁੰਦੀ ਹੈ, ਕਿਸੇ ਨੂੰ ਕੁਛ ਚੰਗਾ ਲੱਗਦਾ ਉਹਦੇ ਮਗਰ ਲੱਗ ਜਾਂਦਾ, ਉਹਦੇ ਮਗਰ ਲੱਗ ਜਾਂਦਾ। ਜੋ ਸਾਡੇ ਪੁਰਾਣੇ ਸਿਧਾਂਤ, ਸਾਡਾ ਪੁਰਾਤਨ ਇਤਿਹਾਸ, ਸਾਡੀ ਪੁਰਾਤਨ ਵਿਚਾਰਧਾਰਾ, ਵਿਦਵਾਨਾਂ ਦੇ ਕੀਤੇ ਹੋਏ ਅਰਥ, ਉਹ ਸਾਰੇ ਹੀ ਰੱਦ ਕਰ ਦਿੰਦੇ। ਸਾਰੇ ਇੰਨੇ ਚਿਰਾਂ ਤੋਂ ਅਰਦਾਸ ਕਰਦੇ ਆ ਰਹੇ, ਅੱਧਿਆਂ ਨੇ ਤਾਂ ਅਰਦਾਸ ਹੀ ਬਦਲ ਦਿੱਤੀ, ਅੰਮ੍ਰਿਤ ਵੀ ਬਦਲ ਦਿੱਤਾ, ਨਿਤਨੇਮ ਵੀ ਬਦਲ ਲਿਆ।
ਫਿਰ ਐਵੇਂ ਭਾਈ ਸਿਰਸੇ ਵਾਲੇ ਨੂੰ ਸੌਦਾ ਸਾਧ ਨੂੰ ਗਾਲਾਂ ਕੱਢੀ ਜਾਂਦੇ ਆ, ਇਹ ਕਿਹੜਾ ਉਹਨਾਂ ਨਾਲੋਂ ਘੱਟ ਨੇ। ਅੰਮ੍ਰਿਤ ਹੀ ਜਦੋਂ ਬਦਲ ਦਿੱਤਾ, ਮਰਿਆਦਾ ਹੀ ਬਦਲ ਦਿੱਤੀ, ਨਿਤਨੇਮ ਅਰਦਾਸ ਹੀ ਬਦਲੀ ਜਾਂਦੇ ਆ, ਇਹਦੇ ਉੱਪਰ ਫਿਰ ਹੋਰ ਕਿਹੜੀ ਗੱਲ ਹੋ ਸਕਦੀ। ਇਹ ਤਾਂ ਸਾਡੇ ਵਰਗੇ ਰੂਪ ਦੇ ਵਿੱਚ ਲੁਕੇ ਹੋਏ ਸਾਨੂੰ ਗੁਰੂ ਨਾਲੋਂ ਤੋੜਨ ਵਾਲੇ ਲੋਕ ਹਨ। ਪਹਿਲਾਂ ਗੁਰਦੁਆਰੇ ਉਹ ਸੱਦੇ ਜਾਂਦੇ ਵੀ ਪਿੰਡ ਚ ਉਹਦੇ ਦੀਵਾਨ ਲਿਆਇਓ, ਗੁਰਦੁਆਰੇ ਉਹਨੂੰ ਸੱਦਿਓ ਜਿਹੜਾ ਸਿੱਖੀ ਦੀ ਗੱਲ ਕਰੇ, ਅੰਮ੍ਰਿਤ ਦੀ ਗੱਲ ਕਰੇ। ਅੱਜ ਕਹਿੰਦੇ ਉਹਨੂੰ ਸੱਦਿਓ ਜਿਹੜਾ ਅੰਮ੍ਰਿਤ ਨਾਲੋਂ ਤੋੜੇ, ਇਤਿਹਾਸ ਨਾਲੋਂ ਤੋੜੇ। ਪਹਿਲਾਂ ਸੱਦਦੇ ਵੀ ਉਹਨੂੰ ਲਿਆਇਓ ਜਿਹੜਾ ਇਤਿਹਾਸ ਚੰਗਾ ਸੁਣਾਉਂਦਾ, ਉਹਨੂੰ ਲਿਆਇਓ ਜਿਹੜਾ ਇਤਿਹਾਸ ਸੁਣਾਵੇ ਤੇ ਸੰਗਤਾਂ ਚ ਬਰਾਕ ਆ ਜੇ, ਸੰਗਤਾਂ ਰੋਣ ਲੱਗ ਜਾਣ, ਐਡਾ ਬਰਾਕ ਬਈ ਇਤਿਹਾਸ ਸੁਣਾਵੇ। ਤੇ ਅੱਜ ਕਹਿੰਦੇ ਇਤਿਹਾਸ ਦਾ ਖੇੜਾ ਹੀ ਛੱਡ ਦਿਓ, ਪੜ੍ਹੋ ਹੀ ਨਾ ਇਤਿਹਾਸ। ਅੱਜ ਇਤਿਹਾਸ ਪੜ੍ਹੋ ਹੀ ਨਾ, ਸ਼ਬਦ ਦੀ ਕਥਾ ਕਰੋ, ਗੁਰਬਾਣੀ ਦੀ ਕਥਾ, ਗੁਰਮਤ ਦੀ, ਤੇ ਨਾਲ ਨਾਲ ਭਾਈ ਇਤਿਹਾਸ ਵਿੱਚੋਂ ਉਧਾਰਨਾ। ਕਿਉਂਕਿ ਇਤਿਹਾਸ ਜਦੋਂ ਸੁਣਦੇ ਹਾਂ, ਕੋਈ ਪਹਿਲੀ ਵਾਰੀ ਆਉਂਦਾ ਦੀਵਾਨ ਵਿੱਚ, ਪਤਾ ਲੱਗਦਾ ਵੀ ਗੁਰਮੁਖਾਂ ਨੇ ਏਦਾਂ ਸੇਵਾ ਕੀਤੀ, ਏਦਾਂ ਕੁਰਬਾਨੀਆਂ ਕੀਤੀਆਂ, ਗੁਰੂ ਕੇ ਪਿਆਰਿਆਂ ਨੇ ਏਦਾਂ ਨਾਮ ਜਪਿਆ।